अज सवेरे बटाला दी सहकारी शुगर मिल विच अचानक बायलर खोलण नाल चार शुगर मिल च काम करन वाले मुलाजम बुरी तरह जख्मी हो गए। उथे ही गर्म पानी पैन नाल जख्मी हालत विच झुलस जाण दे चलदे इन्हां चारां नूं सिविल हस्पताल बटाला विच दाखिल करवाया गया। उथे ही जख्मी लोकां दे परिवार ने कहा कि शुगर मिल प्रशासन वल्लों कोई सार नहीं ले जा रही है। उधर सिविल हस्पताल बटाला दे प्रशासन दा कहना है कि चार लोग जख्मी हालत विच आए सी जो जिरे इलाज ने अते होर इस ते जख्मी दे भरा अतिंदर सिंह दा की कहना है तुसीं आप सुनो। जनहितैषी टीआरपी नहीं खरीदते, भरोसा जीतते हैं हम। अतेंद्र पाल सिंह सर कौन है ਤੁਹਾਡੇ ਇੱਥੇ? ਮੇਰੇ ਬ੍ਰਦਰ ਨੇ ਜੀ। ਕੀ ਘਟਨਾ ਹੋਈ ਇਹਨਾਂ ਨੂੰ? ਇਹ ਸਰ ਉਹ ਕੋਈ ਸ਼ੁਗਰ ਮਿਲ 'ਚ ਕੰਮ ਕਰਦੇ ਨੇ ਜੀ। ਉੱਥੇ ਉਹਨਾਂ ਨੇ ਕੋਈ ਸੱਤਾ ਨਾਂ ਦਾ ਪ੍ਰਧਾਨ ਹੈ ਜੀ ਕੋਈ, ਉਹਨੇ ਕਿਹਾ ਕਿ ਇਹਨਾਂ ਕੋਈ ਗਲਤ ਮਤਲਬ ਖਿਲਵਾਤਾ ਵਾ ਜੀ, ਇਹਨਾਂ ਨੂੰ ਉਹਦੇ ਬਾਰੇ ਨਹੀਂ ਨੌਲੇਜ ਨਹੀਂ ਹੈ। ਚਾਰ ਬੰਦੇ ਫੱਟਰ ਹੋ ਗਏ ਨੇ ਜੀ, ਕੋਈ ਮਗਰ ਵੀ ਨਹੀਂ ਆਇਆ, ਕੋਈ ਉੱਥੋਂ ਲੈ ਕੇ ਵੀ ਨਹੀਂ ਆਇਆ। ਉਹਨਾਂ ਦਾ ਕੋਈ ਬੰਦਾ ਵਿਚਾਰਾ ਬਾਅਦ 'ਚ ਆਇਆ, ਉਹਨੇ ਆਣ ਕੇ ਇੱਥੇ ਦਾਖਲ ਕਰਾਏ ਹੈ ਜੀ। ਬਹੁਤ ਮਾੜਾ ਹਾਲ ਆ, ਕੋਈ ਇਹੋ ਜਿਹੇ ਉਹਨਾਂ ਸਾਰ ਨਹੀਂ ਲਈ, ਕੋਈ GM ਨਹੀਂ ਆਇਆ, ਕੋਈ ਪ੍ਰਧਾਨ ਨਹੀਂ ਆਇਆ, ਕੋਈ ਲੈਣੀ ਨਹੀਂ, ਕੋਈ ਦੇਣੀ ਨਹੀਂ, ਕੋਈ ਬੰਦਾ ਨਹੀਂ ਵੜਿਆ ਇੱਥੇ ਤੱਕ। ਇੱਕ ਬੰਦਾ ਸਿਰਫ ਇਹਨਾਂ ਦਾ ਇੱਥੇ ਹੈਗਾ ਜੀ। ਇੱਥੇ ਕਿੰਨਾ ਨੇ ਪਹੁੰਚਾਇਆ? ਹਾਂਜੀ, ਇਹ ਤਾਂ ਉਹੀ ਇੱਕ ਬੰਦਾ ਜਿਹੜਾ ਲੈ ਕੇ ਆਇਆ ਵਾ, ਉਹ ਹੀ ਆ। ਹੈਂ? ਗੁਰਪ੍ਰੀਤ ਸਿੰਘ। ਉਹ ਕੌਣ ਨੇ? ਉਹ ਕੋਈ ਮਿਲ ਜਾ ਅਫਸਰ ਨੇ ਸ਼ਾਇਦ, ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਚੰਗੀ ਤਰ੍ਹਾਂ। ਜਸਵਿੰਦਰ ਸਿੰਘ, ਮੈਂ ਵਰਕਸ਼ਾਪ ਫੋਰਮੈਨ ਦੀ ਪੋਸਟ 'ਤੇ ਕੰਮ ਕਰਦਾ। ਹਾਂਜੀ, ਘਟਨਾ ਸਰ ਉੱਥੇ ਹੋਈ ਕਿ ਤਕਰੀਬਨ 1 to 9 ਦੀ ਸ਼ਿਫਟ 'ਤੇ ਚੱਲਦੀ ਸੀਗੀ, 5 ਵਜੇ ਨਾ ਬੋਇਲਰ ਦੀ ਟਿਊਬ ਲੀਕ ਕਰ ਗਈ ਸੀਗੀ। ਟਿਊਬ ਲੀਕ ਕਰਨ ਤੋਂ ਬਾਅਦ ਬੋਇਲਰ ਆਪਾਂ ਠੰਡਾ ਕੀਤਾ, ਠੰਡਾ ਕਰਨ ਤੋਂ ਬਾਅਦ ਉਹਦੇ ਪਿਛਲੀ ਬੈਕ ਸਾਈਡ ਦੇ ਹੈਡਰ ਖੋਲ੍ਹੀ ਦੇਈਏ, ਉਹ ਹੈਡਰ ਚਾਰੇ ਬੰਦੇ ਖੋਲ੍ਹ ਰਹੇ ਸੀਗੇ। ਉਹ ਹੈਡਰ ਖੋਲ੍ਹਦੇ ਇੱਕ ਬੋਲਟ ਟੁੱਟਣ ਕਰਕੇ ਪਾਣੀ ਜਿਹੜਾ ਇੱਕਦਮ ਪ੍ਰੈਸ਼ਰ ਨਾਲ ਵੱਜ ਗਿਆ ਇਹਨਾਂ ਦੇ ਬੰਦਿਆਂ ਦੇ, ਅਤੇ ਉਹਦੇ ਕਰਕੇ ਇਹਨਾਂ ਦੇ ਥੋੜ੍ਹਾ ਜਿਹੜੀ ਪ੍ਰੋਬਲਮ ਆਈ ਹੈ, ਲੱਤਾਂ 'ਤੇ ਕਿਸੇ ਦੀ ਚਲੀ ਹੈ, 2-3 ਜਣਿਆਂ ਦੇ ਫੇਸ 'ਤੇ ਵੀ, 1 ਜਣੇ ਦੇ ਲੱਗ ਗਈ ਹੈ, ਅਤੇ ਉਹਦੇ ਪਾਣੀ ਗਰਮ ਹੋਣ ਕਰਕੇ ਇਹਨਾਂ ਦੇ ਜ਼ਿਆਦਾ ਪੈ ਗਿਆ, ਅਤੇ ਉਹਦੇ ਨਾਲ ਲੱਤਾਂ 'ਤੇ ਜ਼ਿਆਦਾ ਜਿਹੜੀ ਉੱਥੇ ਸੱਟ ਵੱਜੀ ਗਈ। ਹਾਂਜੀ, ਜਾਨੀ ਤਾਂ ਨਹੀਂ ਹੋਈ? ਨਹੀਂ, ਜਾਨੀ ਨਹੀਂ ਹੋਇਆ। ਠੀਕ ਹੈ, ਮਤਲਬ ਬੰਦੇ ਦੀ ਲੱਤਾਂ 'ਤੇ ਜ਼ਿਆਦਾ ਆਈ ਹੈ ਪ੍ਰੋਬਲਮ, ਕਿ ਲੱਤਾਂ ਜਿਹੜੀਆਂ ਉਹ ਜਦੋਂ ਮਾਸ ਜਿਹੜਾ ਜ਼ਿਆਦਾ ਉਤਰਿਆ। 4 ਬੰਦੇ ਸੀਗੇ। ਡਾਕਟਰ ਸਮਿਤੀ ਮੈਡਮ, ਜਿਹੜੇ ਸ਼ੁਗਰ ਮਿਲ ਤੋਂ ਬੰਦੇ ਆਏ, ਕਿੰਨੇ ਬੰਦੇ ਆਏ ਅਤੇ ਕਿੰਨੇ ਜ਼ਖਮੀ ਕਿੰਨੇ ਗਏ? ਹਾਂਜੀ, 4 ਬੰਦੇ ਆਏ ਨੇ, ਮੋਰਨਿੰਗ 'ਚ ਆਏ ਸੀਗੇ, ਅਤੇ ਸਿਵਲ ਹੋਸਪਿਟਲ ਐਮਰਜੈਂਸੀ 'ਚ ਆਏ ਸੀ। ਜਿਹੜੇ ਔਨ ਡਿਊਟੀ ਡਾਕਟਰ ਸੀਗੇ ਮੋਰਨਿੰਗ 'ਚ, ਉਹਨਾਂ ਨੇ ਟ੍ਰੀਟਮੈਂਟ ਕਰਕੇ ਵਾਰਡ ਸ਼ਿਫਟ ਕਰਵਾਤਾ ਪੇਸ਼ੈਂਟ ਨੂੰ, ਪੇਸ਼ੈਂਟ ਸਟੇਬਲ ਨੇ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।